ਕਿੱਧਰ ਨੂੰ ਜਾਓਗੇ? ਮੈਂ ਕਿਹਾ ਇੱਧਰ ਨੂੰ, ਇੱਧਰ ਨੂੰ ਘੁੰਮ ਜਾਓ। ਕਹਿੰਦੇ ਅੱਗੇ ਕਿੱਧਰ ਨੂੰ ਜਾਣਾ? ਮੈਂ ਕਿਹਾ ਇੱਧਰ ਤੋਂ ਨਿਕਲ ਜਾਣਾ ਭਈਆ ਮੰਡੀ ਚੌਂਕ ਨੂੰ। ਹੈਂ, ਬਸ ਇੰਨਾ ਹੀ ਪੁੱਛਿਆ। ਕਹਿੰਦੇ ਠੀਕ ਹੈ ਬਾ, ਇੰਨੇ ਧੁੱਪ ਕਰਤਾ। ਬਸ ਯਾਰ ਸੀਗਾ, ਪਿਸਟਲ ਸੀਗੀ, ਉੱਥੇ ਦੇਖੀ ਸੀ ਉਹਨਾਂ ਨੇ। ਹੋਇਆ ਫਿਰ ਮੈਨੂੰ ਨਸ਼ੀ ਪਾ ਦਿੱਤਾ ਸੀਗਾ, ਹੋਸ਼ ਸੀਗਾ, ਪਰ ਪੱਟੀ ਬੰਨੀ ਨਾ ਮੈਂ ਚਿਹਰਾ ਦੇਖ ਸਕਦਾ ਸੀ ਉਹਨਾਂ ਦਾ। ਹੈਂ, ਉਹਨਾਂ ਨੇ ਮੈਨੂੰ ਕੀਤਾ ਕੰਮ, ਮੈਨੂੰ ਕਹਿੰਦੇ ਹੁਣ 3 ਵਜੇ ਨੂੰ ਛੱਡ ਦਿੰਦੇ ਹਾਂ। 3 ਵਜੇ ਲਿਆ ਕੇ ਛੱਡਤਾ। ਬਸ ਉਸਨੇ ਸੀ, ਉਹਨਾਂ ਨੇ ਆਪਣਾ ਕੰਮ ਕੀਤਾ, ਮਹੀਨਾ ਦਵਾਈ ਵੀ ਖਿਲਾਈ ਉਹਨਾਂ ਨੇ, ਆਹ ਪਾਣੀ ਪੀ। ਉਸ ਤੋਂ ਬਾਅਦ ਲਿਆ, ਮੈਨੂੰ ਪਤਾ ਨਹੀਂ ਉਸ ਤੋਂ ਬਾਅਦ ਕੀ ਕੀਤਾ, ਫਿਰ ਨਸ਼ੇ ਪਿਆ ਰਹਿਣਾ ਇੱਥੇ। ਤਾਂ ਮੈਨੂੰ 3 ਵਜੇ ਛੱਡਿਆ, ਘੰਟਾ ਮੈਂ ਬੈਠਾ ਰਿਹਾ। ਠੀਕ ਹੈ, ਫਿਰ ਉੱਠ ਕੇ ਬਹਿ ਗਿਆ, ਬਹਿ ਕੇ ਫਿਰ ਆ ਗਿਆ ਮੈਂ। ਹਾਂ, ਉਹ ਕਹਿੰਦੇ ਛੱਡੋ ਰਹਿਣ ਦੇ, ਤੁਸੀਂ ਠੀਕ ਆ ਗਏ। ਬਸ ਇੱਥੇ ਸੁੱਟ ਦਿੱਤਾ ਮੈਨੂੰ ਲਿਆ ਕੇ। ਫਿਰ ਉਹਨਾਂ ਨੇ ਲਾ ਕੇ ਤਾਂ ਮੈਂ ਇੱਦਾਂ ਹੀ ਪਿਆ ਸੀਗਾ ਮੂੰਹ ਭਲ, ਤਾਂ ਫਿਰ ਚਲੇ ਗਈਆਂ। ਭਾਸ਼ਾ ਸੀਗੀ ਇੰਗਲਿਸ਼ ਤੇ ਵੀ। ਕਿੱਧਰ ਨੂੰ ਜਾਓਗੇ? ਮੈਂ ਕਿਹਾ ਇੱਧਰ ਨੂੰ, ਇੱਧਰ ਨੂੰ ਘੁੰਮ ਜਾਓ। ਕਹਿੰਦੇ ਅੱਗੇ ਕਿੱਧਰ ਨੂੰ ਜਾਣਾ? ਮੈਂ ਕਿਹਾ ਇੱਧਰ ਤੋਂ ਨਿਕਲ ਜਾਣਾ ਭਈਆ ਮੰਡੀ ਚੌਂਕ ਨੂੰ। ਹੈਂ, ਬਸ ਇੰਨਾ ਹੀ ਪੁੱਛਿਆ। ਕਹਿੰਦੇ ਠੀਕ ਹੈ ਬਾ, ਇੰਨੇ ਧੁੱਪ ਕਰਤਾ। ਬਸ ਯਾਰ ਸੀਗਾ, ਪਿਸਟਲ ਸੀਗੀ, ਉੱਥੇ ਦੇਖੀ ਸੀ ਉਹਨਾਂ ਨੇ। ਹੋਇਆ ਫਿਰ ਮੈਨੂੰ ਨਸ਼ੀ ਪਾ ਦਿੱਤਾ ਸੀਗਾ, ਹੋਸ਼ ਸੀਗਾ, ਪਰ ਪੱਟੀ ਬੰਨੀ ਨਾ ਮੈਂ ਚਿਹਰਾ ਦੇਖ ਸਕਦਾ ਸੀ ਉਹਨਾਂ ਦਾ। ਹੈਂ, ਤਾਂ ਉਹਨਾਂ ਨੇ ਮੈਨੂੰ ਕੀਤਾ ਕੰਮ, ਮੈਨੂੰ ਕਹਿੰਦੇ ਹੁਣ 3 ਵਜੇ ਨੂੰ ਛੱਡ ਦਿੰਦੇ ਹਾਂ। 3 ਵਜੇ ਲਿਆ ਕੇ ਛੱਡਤਾ। ਬਸ ਉਸਨੇ ਸੀ, ਉਹਨਾਂ ਨੇ ਆਪਣਾ ਕੰਮ ਕੀਤਾ, ਮਹੀਨਾ ਦਵਾਈ ਵੀ ਖਿਲਾਈ ਉਹਨਾਂ ਨੇ, ਆਹ ਪਾਣੀ ਪੀ। ਉਸ ਤੋਂ ਬਾਅਦ ਲਿਆ, ਮੈਨੂੰ ਪਤਾ ਨਹੀਂ ਉਸ ਤੋਂ ਬਾਅਦ ਕੀ ਕੀਤਾ, ਫਿਰ ਨਸ਼ੇ ਪਿਆ ਰਹਿਣਾ ਇੱਥੇ। ਤਾਂ ਮੈਨੂੰ 3 ਵਜੇ ਛੱਡਿਆ, ਘੰਟਾ ਮੈਂ ਬੈਠਾ ਰਿਹਾ। ਠੀਕ ਹੈ, ਫਿਰ ਉੱਠ ਕੇ ਬਹਿ ਗਿਆ, ਬਹਿ ਕੇ ਫਿਰ ਆ ਗਿਆ ਮੈਂ। ਹਾਂ, ਉਹ ਕਹਿੰਦੇ ਛੱਡੋ ਰਹਿਣ ਦੇ, ਤੁਸੀਂ ਠੀਕ ਆ ਗਏ। ਬਸ ਇੱਥੇ ਸੁੱਟ ਦਿੱਤਾ ਮੈਨੂੰ ਲਿਆ ਕੇ। ਫਿਰ ਉਹਨਾਂ ਨੇ ਲਾ ਕੇ ਤਾਂ ਮੈਂ ਇੱਦਾਂ ਹੀ ਪਿਆ ਸੀਗਾ ਮੂੰਹ ਭਲ, ਤਾਂ ਉਹ ਫਿਰ ਚਲੇ ਗਈਆਂ। ਭਾਸ਼ਾ ਸੀਗੀ ਇੰਗਲਿਸ਼ ਵੀ। ਕਿੱਧਰ ਨੂੰ ਜਾਓਗੇ? ਮੈਂ ਕਿਹਾ ਇੱਧਰ ਨੂੰ, ਇੱਧਰ ਨੂੰ ਘੁੰਮ ਜਾਓ। ਕਹਿੰਦੇ ਅੱਗੇ ਕਿੱਧਰ ਨੂੰ ਜਾਣਾ? ਮੈਂ ਕਿਹਾ ਇੱਧਰ ਤੋਂ ਨਿਕਲ ਜਾਣਾ ਭਈਆ ਮੰਡੀ ਚੌਂਕ ਨੂੰ। ਹੈਂ, ਬਸ ਇੰਨਾ ਹੀ ਪੁੱਛਿਆ। ਕਹਿੰਦੇ ਠੀਕ ਹੈ ਬਾ, ਇੰਨੇ ਧੁੱਪ ਕਰਤਾ। ਬਸ ਯਾਰ ਸੀਗਾ, ਪਿਸਟਲ ਸੀਗੀ, ਉੱਥੇ ਦੇਖੀ ਸੀ ਉਹਨਾਂ ਨੇ। ਹੋਇਆ ਫਿਰ ਮੈਨੂੰ ਨਸ਼ੀ ਪਾ ਦਿੱਤਾ ਸੀਗਾ, ਹੋਸ਼ ਸੀਗਾ, ਪਰ ਪੱਟੀ ਬੰਨੀ ਨਾ ਮੈਂ ਚਿਹਰਾ ਦੇਖ ਸਕਦਾ ਸੀ ਉਹਨਾਂ ਦਾ। ਹੈਂ, ਤਾਂ ਉਹਨਾਂ ਨੇ ਮੈਨੂੰ ਕੀਤਾ ਕੰਮ, ਮੈਨੂੰ ਕਹਿੰਦੇ ਹੁਣ 3 ਵਜੇ ਨੂੰ ਛੱਡ ਦਿੰਦੇ ਹਾਂ। 3 ਵਜੇ ਲਿਆ ਕੇ ਛੱਡਤਾ। ਬਸ ਉਸਨੇ ਸੀ, ਉਹਨਾਂ ਨੇ ਆਪਣਾ ਕੰਮ ਕੀਤਾ, ਮਹੀਨਾ ਦਵਾਈ ਵੀ ਖਿਲਾਈ ਉਹਨਾਂ ਨੇ, ਆਹ ਪਾਣੀ ਪੀ। ਉਸ ਤੋਂ ਬਾਅਦ ਲਿਆ, ਮੈਨੂੰ ਪਤਾ ਨਹੀਂ ਉਸ ਤੋਂ ਬਾਅਦ ਕੀ ਕੀਤਾ, ਫਿਰ ਨਸ਼ੇ ਪਿਆ ਰਹਿਣਾ ਇੱਥੇ। ਤਾਂ ਮੈਨੂੰ 3 ਵਜੇ ਛੱਡਿਆ, ਘੰਟਾ ਮੈਂ ਬੈਠਾ ਰਿਹਾ। ਠੀਕ ਹੈ, ਫਿਰ ਉੱਠ ਕੇ ਬਹਿ ਗਿਆ, ਬਹਿ ਕੇ ਫਿਰ ਆ ਗਿਆ ਮੈਂ। ਹਾਂ, ਉਹ ਕਹਿੰਦੇ ਛੱਡੋ ਰਹਿਣ ਦੇ, ਤੁਸੀਂ ਠੀਕ ਆ ਗਏ। ਬਸ ਇੱਥੇ ਸੁੱਟ ਦਿੱਤਾ ਮੈਨੂੰ ਲਿਆ ਕੇ। ਫਿਰ ਉਹਨਾਂ ਨੇ ਲਾ ਕੇ ਤਾਂ ਮੈਂ ਇੱਦਾਂ ਹੀ ਪਿਆ ਸੀਗਾ ਮੂੰਹ ਭਲ, ਤਾਂ ਫਿਰ ਚਲੇ ਗਈਆਂ। ਭਾਸ਼ਾ ਸੀਗੀ ਇੰਗਲਿਸ਼।